ਕਿਵੇਂ ਦਾ ਬਲੀਦਾਨ ਸੋਚਦੇ ਹੋ ਤੁਸੀਂ? ਇੰਦਰਾ ਗਾਂਧੀ ਜੀ ਨੇ ਦੇਸ਼ ਹਿੱਤ ਲਈ ਆਪਣਾ ਬਲੀਦਾਨ ਦਿੱਤਾ ਹੈ। ਜਿਹੜਾ 1984 ਦੇ ਵਿੱਚ ਜੋ ਵੀ ਘਟਨਾਕ੍ਰਮ ਵਾਪਰਦਾ ਹੈਗਾ ਹੈ, ਉਸ ਦੇ ਵਿੱਚ ਵੀ ਇੱਕ ਬਲੀਦਾਨ ਦੀ ਝਲਕ ਨਜ਼ਰ ਆ ਰਹੀ ਹੈ। 94 ਦਾ ਜਿਹੜਾ ਇੱਕ ਸਟੈਪ ਸੀਗਾ, ਉਹ ਕਾਲੇ ਦੌਰ ਦੇ ਵਿੱਚ ਮੈਨੂੰ ਹੁਣ ਡੈਡ ਟਾਈਮ ਦੀ ਪੋਜੀਸ਼ਨ, ਕਿਉਂਕਿ ਮੈਂ ਖੁਦ 35 ਸਾਲ ਦਾ ਹਾਂ। ਸਪੋਕਸਮੈਨ ਟੀ ਵੀ ਵੇਖ ਰਹੇ ਦਰਸ਼ਕਾਂ ਦਾ ਸਵਾਗਤ, ਮੈਂ ਹਾਂ ਜਗਦੀਪ ਸਿੰਘ ਥਲੀ। ਦਰਸ਼ਕੋ, ਇੰਦਰਾ ਗਾਂਧੀ ਦਾ ਜਿਹੜਾ ਬੁੱਤ ਹੈਗਾ ਹੈ, ਉਹ ਲੁਧਿਆਣਾ ਦੇ ਜਿਹੜਾ ਕਾਂਗਰਸ ਦਾ ਜਿਹੜਾ ਉੱਥੇ ਦਾ ਡਿਸਟ੍ਰਿਕਟ ਆਫਿਸ ਹੈਗਾ, ਉਹਦੇ ਵਿੱਚ ਬੁੱਤ ਲਗਾਇਆ ਜਾਣਾ ਹੈਗਾ ਇੰਦਰਾ ਗਾਂਧੀ ਜੀ ਦਾ। ਅਤੇ ਉਹਦੇ ਲਈ ਸਾਡੇ ਨਾਲ ਅੱਜ ਵਿਜੇ ਅਗਨੀਹੋਤਰੀ ਗੋਲਡੀ ਜੀ ਨੇ। ਆਪਾਂ ਇਹਨਾਂ ਤੋਂ ਪੁੱਛਦੇ ਹਾਂ ਕਿਵੇਂ ਜਿਹੜਾ ਹੈਗਾ ਉਹ ਬੁੱਤ ਕਿੱਥੇ ਲਗਾਇਆ ਜਾ ਰਿਹਾ ਜੀ, ਕਿੰਨਾ ਕੁ ਵੱਡਾ ਬੁੱਤ ਹੈ? ਕਾਂਗਰਸ ਭਵਨ ਦੇ ਵਿੱਚ ਉਹ ਬੁੱਤ ਲਗਾਇਆ ਜਾਏਗਾ ਜੀ, ਸਥਾਪਿਤ ਕੀਤਾ ਜਾਏਗਾ 30 ਅਕਤੂਬਰ ਨੂੰ। 31 ਅਕਤੂਬਰ ਨੂੰ ਉਹਨਾਂ ਦਾ ਬਲੀਦਾਨ ਦਿਵਸ ਹੁੰਦਾ, ਉਸ ਤੋਂ ਇੱਕ ਦਿਨ ਪਹਿਲਾਂ ਅਸੀਂ ਉਹ ਬੁੱਤ ਸਥਾਪਿਤ ਕਰਾਂਗੇ। 2.5 ਫੁੱਟ ਉੱਚਾ ਸੰਗੇ ਮਰਮਰ ਦਾ ਬੁੱਤ ਹੈ ਜੀ। ਠੀਕ ਹੈ, ਕਿਵੇਂ ਦਾ ਤੁਸੀਂ ਕਹਿ ਰਹੇ ਹੋ ਕਿ ਇੰਦਰਾ ਗਾਂਧੀ ਜੀ ਨੇ ਦੇਸ਼ ਲਈ ਬਲੀਦਾਨ ਦਿੱਤਾ ਹੈਗਾ, ਕਿਵੇਂ ਦਾ ਬਲੀਦਾਨ ਸੋਚਦੇ ਹੋ ਤੁਸੀਂ? ਇੰਦਰਾ ਗਾਂਧੀ ਜੀ ਨੇ ਦੇਸ਼ ਹਿੱਤ ਲਈ ਆਪਣਾ ਬਲੀਦਾਨ ਦਿੱਤਾ ਹੈ, ਚਾਹੇ ਉਹ ਵੱਡੇ, ਉਹਨਾਂ ਨੇ ਪ੍ਰਾਈਮ ਮਿਨਿਸਟਰ ਹੁੰਦੇ ਹੋਏ ਬਹੁਤ ਵੱਡੇ ਵੱਡੇ ਫੈਸਲੇ ਲਏ, ਜਿਵੇਂ ਬੰਗਲਾਦੇਸ਼ ਦਾ ਫੈਸਲਾ, ਰੋਇਲ ਫੈਮਿਲੀਜ਼ ਨੂੰ ਜੋ ਰਾਇਲਟੀ ਮਿਲਦੀ ਸੀ ਐਵਰੀ, ਉਹ ਬੰਦ ਕੀਤੀ, ਔਰ ਬਹੁਤ ਸਾਰੇ ਇੱਦਾਂ ਦੇ ਫੈਸਲੇ ਲਏ ਉਹਨਾਂ ਨੇ, ਜਿਨ੍ਹਾਂ ਕਰਕੇ ਉਹਨਾਂ ਨੂੰ ਆਪਣਾ ਜਿਵੇਂ ਪੰਜਾਬ ਸੂਬੇ ਦੀ ਅਮਨ ਸ਼ਾਂਤੀ ਲਈ ਉਹਨਾਂ ਨੇ ਇੱਕ ਬਹੁਤ ਵੱਡਾ ਫੈਸਲਾ ਲਿਆ, ਜਿਸ ਵਾਸਤੇ ਉਹਨਾਂ ਨੂੰ ਆਪਣੇ ਬਲੀਦਾਨ ਦੇਣਾ ਪਿਆ ਉਹਨਾਂ ਨੂੰ ਆਪਣਾ। ਅਤੇ ਲਾਸਟ ਸਪੀਚ ਉਹਨਾਂ ਦੀ ਉੜੀਸਾ ਦੇ ਵਿੱਚ ਸੀਗੀ, ਜਦੋਂ ਉਹਨਾਂ ਨੇ ਬੋਲਿਆ ਸੀਗਾ ਕਿ ਦੇਸ਼ ਦੀ ਸੇਵਾ ਕਰਦੇ ਹੋਏ ਜੇ ਉਹਨਾਂ ਦੀ ਸ਼ਹੀਦੀ ਵੀ ਹੋ ਜਾਏ ਤਾਂ ਉਹਨਾਂ ਨੂੰ ਕੋਈ ਗਮ ਨਹੀਂ, ਇਸ ਵਾਸਤੇ ਉਹਨਾਂ ਦੀ ਖੂਨ ਦਾ ਇੱਕ ਇੱਕ ਕਤਰਾ ਦੇਸ਼ ਦੀ ਉੱਨਤੀ ਦੇ ਕੰਮ ਆਏਗਾ। ਇਹ ਉਹਨਾਂ ਨੇ ਉੜੀਸਾ ਦੇ ਵਿੱਚ ਲਾਸਟ ਸਪੀਚ 'ਚ ਕਿਹਾ ਸੀ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਜਿਹੜੇ ਕੁਰੀਤੀਆਂ ਭਰਾ ਆਪਣਾ ਦੇਸ਼ ਹੈ, ਜੇ ਇਹਦੇ ਵਿੱਚੋਂ ਗੰਦਗੀ ਇੱਥੋਂ ਦੀ ਸਾਫ਼ ਕਰਨਗੇ ਤਾਂ ਬਹੁਤ ਸਾਰੀਆਂ ਜਿਹੜੀਆਂ ਨੈਗੇਟਿਵ ਐਨਰਜੀਜ਼ ਹੈਗੀਆਂ ਉਹ ਉਹਨਾਂ ਨੂੰ ਅਗੇਂਸਟ, ਉਹਨਾਂ ਨੂੰ ਕੁਛ ਨਾ ਕੁਛ ਦੇਣਾ ਪਏਗਾ। ਵਿਜੇ, ਕੀ ਤੁਹਾਨੂੰ ਲੱਗਦਾ ਜਿਹੜਾ 1984 ਦੇ ਵਿੱਚ ਜੋ ਵੀ ਘਟਨਾਕ੍ਰਮ ਵਾਪਰਦਾ ਹੈਗਾ ਹੈ, ਉਸ ਦੇ ਵਿੱਚ ਵੀ ਇੱਕ ਬਲੀਦਾਨ 'ਚ ਦੀ ਝਲਕ ਨਜ਼ਰ ਆ ਰਹੀ ਹੈ, ਕਿਉਂਕਿ ਹਜ਼ਾਰਾਂ ਹੀ ਉਦੋਂ ਖੂਨ ਡੁੱਲੇ ਨੇ 1984 ਜਦੋਂ ਸਿੱਧੇ ਤੌਰ 'ਤੇ ਜਿਹੜਾ ਹੈਗਾ ਪੰਜਾਬ ਦੇ ਵਿੱਚ ਜੇਕਰ ਖਾਸ ਤੌਰ 'ਤੇ ਗੱਲ ਕਰੀਏ ਤਾਂ ਇੰਦਰਾ ਗਾਂਧੀ ਜੀ 'ਤੇ ਬਲੇਮ ਕੀਤਾ ਜਾਂਦਾ ਹੈ ਜਦੋਂ ਵੀ ਗੱਲ ਆਉਂਦੀ ਹੈ, ਕਿ ਉਹਨੂੰ ਵੀ ਬਲੀਦਾਨ ਮੰਨਦੇ ਹੋ? 94 ਦਾ ਜਿਹੜਾ ਇੱਕ ਸਟੈਪ ਸੀਗਾ, ਉਹ ਕਾਲੇ ਦੌਰ ਦੇ ਵਿੱਚ ਮੈਨੂੰ ਹੁਣ ਡੈਡ ਟਾਈਮ ਦੀ ਪੋਜੀਸ਼ਨ, ਕਿਉਂਕਿ ਮੈਂ ਖੁਦ 35 ਸਾਲ ਦਾ ਹਾਂ, ਉਸ ਟਾਈਮ ਦੀ ਪੋਜੀਸ਼ਨ ਨਹੀਂ ਪਤਾ ਵੀ ਕੀ ਹੈ, ਬਟ ਜਿਸ ਤਰੀਕੇ ਨਾਲ ਉਸ ਟਾਈਮ ਦੇ ਵਿੱਚ ਹੁੰਦਾ ਸੀ ਕਿ ਬੱਸ ਚੱਲਦੀ ਬੱਸ 'ਚੋਂ ਹਿੰਦੂਆਂ ਨੂੰ ਲਾ ਕੇ ਮਾਰ ਦੇਣਾ ਜਾਂ ਕੁਛ ਸ਼ਰਾਰਤੀ ਅਨਸਰਾਂ ਨੇ ਜੋ ਉਸ ਟਾਈਮ ਦਾ ਮਾਹੌਲ ਖਰਾਬ ਕੀਤਾ ਹੋਇਆ ਸੀਗਾ, ਉਸ ਦੇ ਹਿਸਾਬ ਨਾਲ ਜੋ ਸਰਕਾਰਾਂ ਨੂੰ ਚੰਗਲਾਂ 'ਚ ਟਾਇਰ 'ਤੇ ਸਿੱਖਾਂ ਦੇ ਪਏ ਨੇ ਮੇਰੇ ਹਿਸਾਬ ਦੇ ਨਾਲ, ਜਦੋਂ ਵੀ ਗੱਲ ਆਉਂਦੀ ਹੈ ਹਿੰਦੂਆਂ ਦਾ ਇੰਨਾ ਜ਼ਿਕਰ ਨਹੀਂ ਆਉਂਦਾ ਵੀ ਹਿੰਦੂ ਮਾਰੇ ਗਏ ਸਨ, ਖੂਨ ਖਰਾਬੇ ਦੇ ਵਿੱਚ ਦੋਵੇਂ ਧਰਮ ਦੇ ਗਏ ਨੇ, ਪਰ ਕੀ ਸਾਨੂੰ ਇੱਕ ਦੂਜੇ ਦੇ ਧਰਮ ਦੀ ਆੜ ਦੇ ਵਿੱਚ ਇਵੇਂ ਦੇ ਖੂਨ ਖਰਾਬਾ ਕਰਨਾ ਬਣਦਾ ਹੈ, ਇਹ ਦੱਸਿਓ? ਨਹੀਂ, ਇਹ ਤਾਂ ਬਿਲਕੁਲ ਨਹੀਂ ਜੀ ਚਾਹੀਦਾ, ਔਰ ਮੈਂ ਇਕੱਲੇ ਹਿੰਦੂਆਂ ਦੀ ਗੱਲ ਨਹੀਂ ਕਰ ਰਿਹਾ, ਮੈਂ ਤਾਂ ਉਸ ਟਾਈਮ ਦੇ ਵਿੱਚ 84 ਦੇ ਵਿੱਚ ਚਾਹੇ ਹਿੰਦੂ ਚਾਹੇ ਸਿੱਖ ਚਾਹੇ ਮੁਸਲਮਾਨ ਕੋਈ ਵੀ ਸ਼ਹੀਦ ਹੋਇਆ ਜਾਂ ਕਿਸੇ ਦਾ ਵੀ ਉਸ ਟਾਈਮ ਦੇ ਵਿੱਚ ਆਪਣੇ ਪਰਿਵਾਰ ਤੋਂ ਉਹ ਰੂਹ ਵਿਖੜੀ ਹੈ,
ਉਹਦਾ ਮੁਆਵਜ਼ੇ ਦੀ ਗੱਲ ਕਰ ਰਹੇ ਹਾਂ ਅਸੀਂ, ਇਕੱਲੇ ਹਿੰਦੂਆਂ ਦੀ ਗੱਲ ਨਹੀਂ ਕਰਦੇ, ਸਿੱਖ ਚਾਹੇ ਫੈਮਿਲੀ ਆ ਉਹ, ਚਾਹੇ ਹਿੰਦੂ ਫੈਮਿਲੀ ਆ, ਕਿਉਂਕਿ ਪੰਜਾਬ ਸੂਬਾ ਇਹੋ ਜਿਹਾ ਜਿੱਥੇ ਹਿੰਦੂ ਔਰ ਸਿੱਖ ਅੱਜ ਭਾਈ ਭਾਈ ਦੀ ਤਰ੍ਹਾਂ ਰਹਿ ਰਹੇ ਨੇ। ਜੀ 33 ਸਾਲ ਹੋ ਚੁੱਕੇ ਨੇ, ਤੁਹਾਨੂੰ ਅੱਜ ਕਿਵੇਂ ਯਾਦ ਆਇਆ ਵੀ ਉਹਦਾ ਬੁੱਤ ਲਗਾਇਆ ਜਾਵੇ ਉਹਨਾਂ ਦਾ ਉੱਥੇ ਲੁਧਿਆਣੇ ਦੇ ਵਿੱਚ? ਇਸ ਤੋਂ ਪਹਿਲੇ ਕਿਉਂ ਨਹੀਂ ਕਿਸੇ ਨੇ ਹੰਬਲਾ ਮਾਰਿਆ ਜੇ ਤੁਸੀਂ ਬਲੀਦਾਨ ਮੰਨਦੇ ਹੋ? ਉਸ ਤੋਂ ਪਹਿਲਾਂ ਵੀ ਬੁੱਤ ਲੱਗ ਚੁੱਕਾ ਜੀ, ਚੰਡੀਗੜ੍ਹ ਵਿਖੇ ਸਾਡੇ ਕਾਂਗਰਸ ਭਵਨ ਦੇ ਵਿੱਚ ਬੁੱਤ ਲੱਗਾ ਹੋਇਆ ਮੈਡਮ ਇੰਦਰਾ ਗਾਂਧੀ ਜੀ ਦਾ। ਹਾਂਜੀ, ਲੁਧਿਆਣੇ ਦੇ ਵਿੱਚ ਕਿਉਂ ਨਹੀਂ ਲੱਗਿਆ ਜੀ? ਲੁਧਿਆਣੇ ਦੇ ਵਿੱਚ ਮੈਂ ਤਾਂ ਬਹੁਤ ਛੋਟਾ ਜਿਹਾ ਜੀ, ਇੱਕ ਇਹ ਤਾਂ ਜਿਹੜੀ ਵੱਡੀ ਸਾਡੀ ਹੈਗੀ ਆ ਕਮੇਟੀਜ਼ ਔਰ ਵੱਡੇ ਜਿਹੜੇ ਲੀਡਰਸ ਹੈ ਇਸ ਗੱਲ ਦਾ ਜਵਾਬ ਤਾਂ ਉਹ ਹੀ ਦੇ ਪਾਉਣਗੇ, ਔਰ ਬਾਕੀ ਉਹਨਾਂ ਦੀਆਂ ਫੋਟੋਆਂ ਲੱਗੀਆਂ ਹੋਈਆਂ ਨੇ, ਹਰ ਕਾਂਗਰਸ ਆਫਿਸ ਦੇ ਵਿੱਚ ਤੁਹਾਨੂੰ ਮੈਡਮ ਇੰਦਰਾ ਗਾਂਧੀ ਜੀ ਦੀ ਫੋਟੋ ਮਿਲੇਗੀ। ਈਵਨ ਬਹੁਤ ਸਾਰੀਆਂ ਇਹੋ ਜਿਹੀਆਂ ਹਿੰਦੂ ਔਰ ਸਿੱਖ ਫੈਮਿਲੀਜ਼ ਨੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਵੀ ਇੰਦਰਾ ਗਾਂਧੀ ਜੀ ਦੀ ਫੋਟੋ ਲੱਗੀ ਹੋਈ ਆ। ਉਹ ਬੁੱਤ ਇੱਕ ਮੈਂ ਆਪਣਾ ਪਰਸਨਲ ਇੱਕ ਏਮ ਲਿਆ ਕਿ ਮੈਨੂੰ, ਮੈਂ ਉਸ ਲੇਡੀ ਨੂੰ ਸਲੂਟ ਕਰਦਾ ਹਾਂ, ਉਸ ਆਇਰਨ ਲੇਡੀ ਨੂੰ, ਉਸ ਅਟਲ ਬਿਹਾਰੀ ਵਾਜਪੇਈ ਜੀ ਨੇ ਉਹਨਾਂ ਨੂੰ ਆਪਣੇ ਸ਼ਬਦਾਂ ਦੇ ਵਿੱਚ ਮਾਂ ਦੁਰਗਾ ਦਾ ਰੂਪ ਦਿੱਤਾ, ਉਹ ਮਾਂ ਦੁਰਗਾ ਨੂੰ ਮੈਂ ਤਾਂ ਸਲਿਊਟ ਕਰਦਾ, ਮੈਂ ਉਹਨਾਂ ਨੂੰ ਸਲਾਮ ਕਰਦਾ ਹਾਂ। ਮੇਰਾ ਇੱਕ ਪਰਸਨਲ ਇਨੀਸ਼ੀਏਟਿਵ ਸੀਗਾ ਕਿ ਮੈਂ ਉਹਨਾਂ ਦਾ ਬੁੱਤ ਲਾਵਾਂ, ਤਾਂ ਮੈਂ ਲਾ ਰਿਹਾ, ਔਰ ਮੈਂ ਆਪਣੀ ਕਾਂਗਰਸ ਦੀ ਹਾਈ ਕਮਾਂਡ ਤੋਂ ਇਸ ਚੀਜ਼ ਦੀ, ਉਹਨਾਂ ਨੂੰ ਇਨਵਾਈਟ ਵੀ ਕੀਤਾ, ਇਸ ਚੀਜ਼ ਦੀ ਪਰਮਿਸ਼ਨ ਵੀ ਲਈ ਹੈ, ਸਾਡੇ ਮਰਹੂਮ ਪ੍ਰਧਾਨ ਮੰਤਰੀ ਰਹੇ ਨੇ ਉਹ। ਲੋਕਾਂ ਦਾ ਹੁੰਗਾਰਾ ਕਿਵੇਂ ਦਾ ਲੱਗ ਰਿਹਾ ਤੁਹਾਨੂੰ, ਕਿਵੇਂ ਦਾ ਮਿਲੇਗਾ? ਲੋਕਾਂ ਦਾ ਹੁੰਗਾਰਾ ਬਹੁਤ ਅੱਛਾ ਲੱਗ ਰਿਹਾ ਜੀ, ਜਿਹਨੂੰ ਜਿਹਦੇ ਨਾਲ ਵੀ ਗੱਲ ਹੁੰਦੀ ਆ, ਉਹ ਹਰ ਆਦਮੀ ਜਿਹੜਾ ਬਜ਼ੁਰਗ ਸੋਟੀ ਫੜ ਕੇ ਤੁਰਦਾ ਉਹਨੂੰ ਵੀ ਚਾਹ ਚੜਿਆ ਪਿਆ ਵੀ ਉਸ ਦਿਨ ਮੈਂ ਰੈਲੀ 'ਤੇ ਜ਼ਰੂਰ ਜਾਣਾ, ਅਤੇ ਹੋਪ ਸੋ ਵੀ ਪਰਮਾਤਮਾ ਸੁੱਖ ਰੱਖੇ, ਬਹੁਤ ਚੰਗੀ ਰੈਲੀ ਹੋਏਗੀ ਜੀ। ਠੀਕ ਹੈ ਜੀ, ਸੋ ਇਹ ਸਨ ਵਿਜੇ ਜੀ ਜਿਨ੍ਹਾਂ ਨੇ ਦੱਸਿਆ ਕਿ ਇਹ ਆਪਣਾ ਜਿਹੜਾ ਇਹਨਾਂ ਦਾ ਇੱਕ ਪਰਸਨਲ ਏਮ ਸੀਗਾ ਕਿ ਇੰਦਰਾ ਗਾਂਧੀ ਦਾ ਬੁੱਤ ਜਿਹੜਾ ਹੈਗਾ ਉਹ ਲੁਧਿਆਣਾ ਦੇ ਡਿਸਟ੍ਰਿਕਟ ਆਫਿਸ ਦੇ ਵਿੱਚ ਲਗਾਇਆ ਜਾਵੇ, ਸੋ ਉਸ ਨੂੰ ਚੀਜ਼ ਨੂੰ ਪੂਰਾ ਕਰਨ ਦੇ ਲਈ ਇਹ ਬੁੱਤ ਲਗਾਉਣ ਜਾ ਰਹੇ ਨੇ 2.5 ਫੁੱਟ ਉੱਚਾ, ਜਿਵੇਂ ਇਹਨਾਂ ਨੇ ਦੱਸਿਆ ਕਿ ਉਹ ਬੁੱਤ ਹੈਗਾ ਹੈ ਬਲੀਦਾਨ ਨੂੰ ਲੈ ਕੇ, ਜਿਹੜਾ ਬੁੱਤ ਇਹਨਾਂ ਨੇ ਕਿਹਾ ਕਿ ਇੰਦਰਾ ਗਾਂਧੀ ਜੀ ਨੇ ਬਲੀਦਾਨ ਦਿੱਤਾ ਦੇਸ਼ ਦੇ ਲਈ, ਸੋ ਉਸੇ ਨੂੰ ਲੈ ਕੇ ਇਹ ਬੁੱਤ ਲਗਾ ਰਹੇ ਨੇ। ਪਰ ਲੋਕਾਂ ਦਾ ਕਿਵੇਂ ਦਾ ਰਵੱਈਆ ਹੁਣ ਇਸ ਕਾਨਫਰੰਸ ਤੋਂ ਬਾਅਦ ਆਉਂਦਾ ਸਾਹਮਣੇ? ਇਹਨਾਂ ਦੇ ਵੱਲੋਂ ਤਾਂ ਕਿਹਾ ਗਿਆ ਕਿ ਲੋਕ ਬੜੇ ਹੀ ਜਿਹੜਾ ਇਸਨੂੰ ਹੁੰਗਾਰਾ ਦੇ ਰਹੇ ਨੇ, ਭਰਮਾ ਹੁੰਗਾਰਾ ਮਿਲ ਰਿਹਾ, ਪਰ ਕੀ ਲੋਕ ਇਸ ਦਾ ਵਿਰੋਧ ਵੀ ਕਰਦੇ ਨੇ? ਕਿਉਂਕਿ ਜਦੋਂ ਅਜਿਹੇ ਕਾਰਜ ਕੀਤੇ ਜਾਂਦੇ ਨੇ ਤਾਂ ਵਿਰੋਧ ਜਾਂ ਫਿਰ ਉਸਨੂੰ ਹੁੰਗਾਰਾ ਮਿਲਣਾ, ਇਹ ਗੱਲਾਂ ਹੁੰਦੀਆਂ ਰਹਿੰਦੀਆਂ ਨੇ, ਪਰ ਵੇਖਣਾ ਇਹ ਹੋਏਗਾ ਕਿ ਲੋਕਾਂ ਦਾ ਰਵੱਈਆ ਇਸ ਤੋਂ ਬਾਅਦ ਕਿਵੇਂ ਦਾ ਸਾਹਮਣੇ ਆਉਂਦਾ। ਸੁਖਵਿੰਦਰ ਸਿੰਘ ਦੇ ਨਾਲ ਜਗਦੀਪ ਸਿੰਘ ਥਲੀ, ਸਪੋਕਸਮੈਨ ਟੀਵੀ, ਚੰਡੀਗੜ੍ਹ।